ਕਾਂਗਰਸ ਦੀ ਸਰਕਾਰ ਇਹ ਦੁਹਾਈ ਪਾਣੀ ਨਹੀਂ ਥੱਕ ਰਹੀ ਕਿ ਪੰਜਾਬ ਦੇ ਵਿੱਚ ਅਸੀਂ ਲਾਉਂਡ ਆਰਡਰ ਦੀ ਸਥਿਤੀ ਕਹਿੰਦੇ ਬਹੁਤ ਵਧੀਆ ਕਰ ਦਿੱਤੀ ਹੈ। ਚੰਨੀ ਸਾਹਿਬ ਸਾਢੇ 4 ਸਾਲ ਦਾ ਦੁਹਾਈ ਪਾਉਂਦੇ ਕਿ ਪਿੱਛੇ ਜੋ ਹੋ ਗਿਆ ਹੋ ਗਿਆ ਹੁਣ ਮੇਰੀ ਸਰਕਾਰ ਆ ਕਹਿੰਦੇ ਮੈਂ ਹੁਣ ਪੰਜਾਬ 'ਚ ਪੱਤਾ ਨਹੀਂ ਹਿਲਣ ਦੇਣਾ। ਮੈਂ ਦੱਸਣਾ ਚਾਹੁੰਦਾ ਕਿ ਦੋ ਵਾਰ ਡੀਜੀਪੀ ਬਦਲੇ ਸੇ ਪਰ ਅੱਜ ਸਥਿਤੀ ਕੀ ਹੈ ਕਿ 2.5 ਤਿੰਨ ਲੱਖ ਲੋਕਾਂ ਦੇ ਚੁਣਿਆ ਹੋਏ ਨੁਮਾਇੰਦਾ ਐਮਐਲਏ ਸੜਕ 'ਤੇ ਜਾ ਰਿਹਾ ਤੇ ਕੋਈ ਵੀ ਉਹਨੂੰ ਰੋਕ ਕੇ ਉਹ ਤੇ ਹਮਲਾ ਕਰ ਰਿਹਾ ਗੱਡੀ ਉੱਤੇ ਹਮਲਾ ਕਰ ਰਿਹਾ ਉਹ ਵੀ ਰਾਤ ਨੂੰ ਤੇ ਧਰ ਹਤਿਆਰਾਂ ਦੇ ਨਾਲ ਮੈਂ ਦੱਸਣਾ ਚਾਹੁੰਦਾ ਉਹਨਾਂ ਤਾਕਤਾਂ ਨੂੰ ਜਿਹੜੀਆਂ ਤਾਕਤਾਂ ਇਹਨਾਂ ਹਮਲਿਆਂ ਦੇ ਪਿੱਛੇ ਆ ਕਿ ਅਸੀਂ ਨਾ ਕਦੇ ਪਹਿਲਾਂ ਡਰੇ ਆ ਤੇ ਨਾ ਅੱਗੇ ਡਰਨ ਵਾਲੇ ਆ ਆਮ ਆਦਮੀ ਪਾਰਟੀ ਦੇ ਸੱਚੇ ਸਿਪਾਹੀ ਆ ਸੱਚ ਹੱਕ ਦੀ ਆਵਾਜ਼ ਉਠਾਉਂਦੇ ਰਹੇ ਆ ਔਰ ਅੱਗੇ ਵੀ ਉਠਾਦੇ ਰਹਾਂ